ਤਾਰੀਫ ਕਰੋ ਦਿਲ ਤੋਂ ਇਹ ਦਿਲ ਦਹਿਲਾ ਦੇਣ ਵਾਲੀਆਂ ਗਵਾਈਆਂ ਜਿਹੜੀਆਂ ਤੁਸੀਂ ਸੁਣ ਰਹੇ ਹੋ ਨੈਕਸਟ ਇਹ ਸਿਸਟਰ ਇਹਨਾਂ ਦਾ ਨਾਮ ਕੁਲਦੀਪ ਕੌਰ ਪਿੰਡ ਸੋਈਆਂ ਤੋਂ ਆਏ ਨੇ ਇਹਨਾਂ ਦੀ ਗਵਾਹੀ ਆ ਕਿ ਇੱਕ ਹਫ਼ਤੇ ਤੋਂ ਇਹਨਾਂ ਦੇ ਗਲੇ ਵਿੱਚ ਇਨਫੈਕਸ਼ਨ ਸੀ ਇਹਨਾਂ ਨੇ ਬਹੁਤ ਸਾਰੀ ਮੈਡੀਸਨ ਖਾਧੀ ਪਰ ਕੋਈ ਵੀ ਫਰਕ ਨਹੀਂ ਪਿਆ ਫਿਰ ਇਹਨਾਂ ਨੇ ਯਸ਼ੂ ਦਾ ਬਲੱਡ ਲਗਾਉਣਾ ਸ਼ੁਰੂ ਕੀਤਾ ਅਤੇ ਹੁਣ ਇਹ ਬਿਲਕੁਲ ਠੀਕ ਨੇ ਸਾਰੇ ਤਾਰੀਫ ਕਰਾਂਗੇ ਸਭ ਦਿਲ ਤੋਂ ਦਿਲ ਤੋਂ ਠੀਕ ਹੈ ਸਿਸਟਰ ਨੈਕਸਟ ਇਸ ਭੈਣ ਦਾ ਨਾਮ ਅਨੂ ਆ ਔਰ ਪਿੰਡ ਨਾ ਕਲਾਂ ਦੇ ਰਹਿਣ ਵਾਲੇ ਨੇ ਇਸ ਭੈਣ ਦੀ ਆਵਾਜ਼ ਬਿਲਕੁਲ ਚਲੀ ਗਈ ਸੀ ਔਰ ਜਦੋਂ ਵੱਡੇ ਸੰਤਾਂ ਕੋਲੋਂ ਪ੍ਰਾਰਥਨਾ ਕਰਵਾਈ ਪ੍ਰਭੂ ਦੇ ਦਾਸਾਂ ਨੇ ਪ੍ਰਾਰਥਨਾ ਕੀਤੀ ਹੁਣ ਇਸ ਭੈਣ ਦੀ ਆਵਾਜ਼ ਜਿਹੜੀ ਬਿਲਕੁਲ ਵਾਪਸ ਆ ਚੁੱਕੀ ਆ ਬੜੇ ਹਾਲੇਲੂਇਆ ਇਹਦੀ ਪੂਰੀ ਗਵਾਹੀ ਦਾ ਤੁਹਾਨੂੰ ਨਹੀਂ ਪਤਾ ਮੈਨੂੰ ਪਤਾ ਵਾ ਇਹ ਭੈਣ ਪਹਿਲੇ ਜੀਸਸ ਮਿਨਿਸਟਰੀ ਵਿੱਚ ਆ ਰਹੀ ਸੀ ਇਹਨੂੰ ਲੋਕਾਂ ਨੇ ਚੁੱਕਣਾ ਚੜਾਈ ਕਿ ਤੇਰੇ ਅਪਰੇਟ ਹੋਣ ਲੱਗਾ ਈ ਤੇਰਾ ਗਲਾ ਠੀਕ ਹੋਣਾ ਤੇ ਪਾਸਟਰ ਚਾਹੁੰਦਾ ਕਿ ਮੇਰਾ ਨਾਮ ਪਿੰਡ ਵਿੱਚ ਕੀ ਹੋ ਜੇ ਝੂਠ ਕੇ ਸੱਚ ਸੱਚ ਕਿਆ ਹੀ ਨਾ ਡਾਕਟਰਾਂ ਕੋ ਆਪਰੇਸ਼ਨ ਹੀ ਗਲਤ ਹੋ ਗਿਆ ਜਿਹੜੀ ਆਵਾਜ਼ ਆਉਣੀ ਤੇ ਆਵਾਜ਼ ਕੀ ਹੋ ਗਈ ਕੀ ਬੋਲਿਆ ਸੀ ਆ ਪ੍ਰਭੂ ਨੇ ਆਪਣੇ ਦਾਸ ਵਿੱਚ ਜਿਹਨੇ ਦਾਸ ਦੇ ਵਿਰੁੱਧ ਬੋਲਿਆ ਮੈਂ ਤੁਹਾਨੂੰ ਕਈ ਵਾਰ ਕਹਿੰਦਾ ਕਿ ਜਦੋਂ ਦਾਸ ਦੇ ਵਿਰੁੱਧ ਬੋਲੋਗੇ ਉਤੋਂ ਨਾਮ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਕੀ ਹੋਏਗਾ ਜ਼ਰੂਰ ਤੁਹਾਨੂੰ ਇਨਾਮ ਕੀ ਹੋਏਗਾ ਇਹ ਭੈਣ ਨੇ ਕੀ ਬੋਲਿਆ ਮੇਰੇ ਤੱਕ ਗੱਲ ਪਹੁੰਚ ਗਈ ਮੈਨੂੰ ਕਹਿੰਦੇ ਆ ਕੇ ਵੀ ਨਹੀਂ ਦਾ ਕਿ ਮੈਂ ਕੋਈ ਗੱਲ ਨਹੀਂ ਉਸ ਤੋਂ ਬਾਅਦ ਫਿਰ ਚਰਚ ਵਿੱਚ ਆਉਣਾ ਨੇ ਸ਼ੁਰੂ ਕੀਤਾ ਮੈਂ ਇਹਦੇ ਲਈ ਪ੍ਰੇਅਰ ਕੀਤੀ ਕਨਫੈਸ਼ਨ ਕਰਾ ਕੇ ਤੂੰ ਗਲਤੀ ਦੀ ਮਾਫੀ ਮੰਗ ਜੋ ਵੀ ਪ੍ਰਭੂ ਮੈਂ ਆਪਣੇ ਦਾਸ ਦੇ ਵਿਰੁੱਧ ਬੋਲਿਆ ਮੈਂ ਸ਼ਮਾ ਮੰਗਦੀ ਹਾਂ ਐਤੀ ਜਦ ਪ੍ਰੇਟ ਦਾ ਹੋਇਆ ਵਾ ਅਸੀਂ ਲਗਾਤਾਰ ਪ੍ਰੇਅਰ ਕੀਤੀ ਆ ਵੱਡੇ ਸੰਤਾਂ ਨੇ ਪ੍ਰੇਅਰ ਔਰ ਛੋਟਿਆਂ ਨੇ ਪੂਰੀ ਫੈਮਿਲੀ ਨੇ ਵਿਸ਼ਾ ਰੱਖ ਕੇ ਪ੍ਰੇਅਰ ਕੀਤੀ ਆ ਐਤੀ ਉਹ ਪ੍ਰੇਟ ਜਿਹੜਾ ਬਿਲਕੁਲ ਆਵਾਜ਼ ਤੁਹਾਡੇ ਸਾਹਮਣੇ ਕੀ ਆ ਇਹ ਗੱਲ ਮੈਂ ਕਿਉਂ ਦੱਸੀ ਆ ਵੀ ਕਦੀ ਕਿਹਦੇ ਦਿਮਾਗ 'ਚ ਇਹ ਨਾ ਗੱਲ ਹੋਵੇ ਕਿ ਸ਼ਾਇਦ ਅਸੀਂ ਆਪਣੇ ਤੌਰ 'ਤੇ ਠੀਕ ਹੋ ਜਾਵਾਂਗੇ ਤਾਂ ਸ਼ਾਇਦ ਦੱਸ ਕਿਉਂ ਹੈਗਾ ਨਹੀਂ ਆ ਜਿੰਨਾ ਚਿਰ ਦਾਸ ਨਾਲ ਆ ਤਦ ਤੱਕ ਹਰ ਬਲੈਸਿੰਗ ਤੁਹਾਡੇ ਕਦਮਾਂ ਨੂੰ ਕੀ ਕਰੇਗੀ ਚੁੰਮੇਗੀ ਆਮੀਨ ਜੇ ਦਾਸ ਨਹੀਂ ਨਾਲ ਕੋਈ ਆਸ਼ੀਸ਼ ਨਹੀਂ ਮਿਲੇਗੀ ਜਿੱਥੇ ਮਰਜ਼ੀ ਭੱਜ ਕੇ ਵੇਖ ਲਓ ਇਹ ਭੈਣ ਨੇ ਗਲਤੀ ਕੀਤੀ ਮੈਂ ਕਿਉਂ ਦੱਸਿਆ ਕੋਈ ਆਪਣੇ ਦਿਮਾਗ 'ਚ ਨਾ ਸੋਚੇ ਕਿ ਚੰਦ ਮੇਰੇ ਇਕੱਲੇ ਪ੍ਰੇਅਰ ਕਰਨਾ ਇੱਕ ਪ੍ਰੇਅਰ ਠੀਕ ਹੋਇਆ ਪ੍ਰਭੂ ਦੇ ਦਾਸ ਅੱਤ ਆਦਰ ਦੇ ਕੀ ਆ ਜਿਹੜੇ ਲੋਕ ਚੁਗਲੀਆਂ ਕਰਦੇ ਦਾਸਾਂ ਦੇ ਉਹ ਵਿਰੁੱਧ ਬੋਲਦੇ ਆ ਉਹਨਾਂ ਦੇ ਬੱਚਿਆਂ ਦੇ ਪ੍ਰੋਬਲਮਾਂ ਸ਼ੁਰੂ ਹੋ ਰਹੀਆਂ ਵਾ ਉਹਨਾਂ ਦੇ ਬੱਚਿਆਂ ਦੇ ਪ੍ਰੋਬਲਮ ਕੀ ਹੋਏਗੀ ਉਹ ਗੁੰਡਾਗਰਦੀ ਕਰਨਗੇ ਸੁਣ ਲਓ ਮੇਰੇ ਕੋਲੋਂ ਪ੍ਰਭੂ ਜੀ ਕਹਿ ਰਹੇ ਕਿ ਗੁੰਡਾਗਰਦੀ ਕਰਨਗੇ ਜੇਬਾਂ ਕੱਟਣਗੇ ਪੁਲਿਸ ਕੇਸ ਉਹਨਾਂ ਦੇ ਉੱਪਰ ਆਉਣਗੇ ਪ੍ਰਭੂ ਜੀ ਕਹਿ ਰਹੇ ਕਿ ਪੂਰਾ ਜਲੀਲ ਕਰਨਗੇ ਉਹਨਾਂ ਨੂੰ ਜਿਹੜੇ ਲੋਕ ਦਾਸਾਂ ਦੇ ਵਿਰੁੱਧ ਬੋਲਦੇ ਆ ਪ੍ਰਭੂ ਜੀ ਕਹਿ ਰਹੇ ਕਿ ਮੇਰਾ ਦਾਸ ਜਿਹੜੀ ਗੱਲ ਬੋਲਦਾ 100% ਸੱਚ ਹੁੰਦੀ ਆ ਚੋੜੇ ਫਾਟਕ ਦੇ ਪ੍ਰਭੂ ਜੀ ਕਹਿ ਰਹੇ ਕਿ ਜਿਹੜਾ ਹਾਸਾ ਆਣਾ ਮੇਰੇ ਦਾਸ ਨੂੰ ਇੱਕ ਦਿਨ ਪਹਿਲੇ ਪਤਾ ਸੀ ਮੈਂ ਇੱਥੇ ਦਿਖਾ ਸਕਦਾ ਬੰਦੇ ਖੜੇ ਕਰ ਸਕਦਾ ਜਿਨ੍ਹਾਂ ਨੇ ਰਾਤ ਮੀਟਿੰਗ 'ਚ ਪ੍ਰਚਾਰ ਸੁਣਾਈ ਇੱਕ ਬਹੁਤ ਵੱਡਾ ਭੈਂਕਰ ਕੰਮ ਜਿਹੜਾ ਅੰਮ੍ਰਿਤਸਰ 'ਚ ਹੋਣ ਵਾਸਤੇ ਕੀ ਆ ਮੈਂ ਦੱਸ ਸਕਦਾ ਸੀ ਔਰ ਪ੍ਰਭੂ ਨੇ ਦੱਸਿਆ ਉਹ ਕੰਮ ਹੋਇਆ ਕਿ ਨਹੀਂ ਹੋਇਆ ਇੱਕ ਦਿਨ ਮੈਨੂੰ ਪਹਿਲੇ ਪ੍ਰਭੂ ਨੇ ਦੱਸਤਾ ਸੀ ਕਿ ਬਹੁਤ ਨੁਕਸਾਨ ਹੋਣ ਵਾਸਤੇ ਜਾ ਰਿਹਾ ਕਿਉਂਕਿ ਮੈਂ ਪ੍ਰੋਫੈਸੀ ਕਰਦਾ ਮੈਨੂੰ ਨਹੀਂ ਪਤਾ ਮੇਰੇ ਮੂੰਹ 'ਚ ਜੋ ਪ੍ਰਭੂ ਦਾ ਆਤਮਾ ਬੋਲਦਾ ਮੈਂ ਬੋਲ ਦੇਣਾ ਜਿਹੜੇ ਲੋਕ ਵਿਸ਼ਵਾਸ ਕਰਦੇ ਬਚ ਕੇ ਆ ਮੈਂ ਬਿਜਲੀ ਕਾ ਜਿਹੜਾ ਉੱਲੇ ਵਿੱਚ ਆਪਣੇ ਗਵਾਂਢੀ ਦੀ ਚੁਗਲੀ ਕਰਦਾ ਉਹਨੂੰ ਮੈਂ ਮਿਟਾ ਉਹਨੂੰ ਮੈਂ ਮਿਟਾ ਕੀ ਕਰਾਂਗਾ ਤੁਸੀਂ ਕਦੀ ਵੀ ਆਪਣੇ ਦਾਸ ਦੇ ਵਿਰੁੱਧ ਨਹੀਂ ਬੋਲਣਾ ਇਹਨੇ ਵਿਰੁੱਧ ਬੋਲਿਆ ਇਹਦੇ ਗਲੀ ਦੀ ਆਵਾਜ਼ ਬੰਦ ਹੋਈ ਚਰਚ ਵਿੱਚ ਆਈ ਪ੍ਰੇਅਰ ਕੀਤੀ ਮਾਫੀ ਮੰਗੀ ਕਬੈਰ ਚੁਕਾਉਣਾ ਸ਼ੁਰੂ ਕੀਤਾ ਪ੍ਰਭੂ ਨੂੰ ਅੱਗੇ ਮਾਫੀ ਮੰਗੀ ਦਾਸ ਨੇ ਦਿਲ ਤੋਂ ਪ੍ਰੇਅਰ ਕੀਤੀ ਅੱਜ ਆਵਾਜ਼ ਬਿਲਕੁਲ ਕੀ ਆ ਤਾਰੀਫ ਕਰੋ ਸਭ ਇਹ ਦੋ ਚੀਜ਼ਾਂ ਤੁਹਾਨੂੰ ਸਿੱਖਣ ਵਾਸਤੇ ਮਿਲੀਆਂ ਜਿਹੜੇ ਲੋਕ ਪ੍ਰਭੂ ਦੇ ਦਾਸ ਦੇ ਵਿਰੁੱਧ ਬੋਲਦੇ ਆ ਉਹਨਾਂ ਦੇ ਘਰ 'ਚ ਮੁਸੀਬਤਾਂ ਵੱਧ ਕੀ ਆ ਵੱਧ ਤੇ ਜਿਹੜੇ ਲੋਕ ਦਾਸ ਲਈ ਪ੍ਰੇਅਰ ਕਰਦੇ ਆ ਚਰਚ ਨੂੰ ਵਧਾਉਣ ਵਾਸਤੇ ਹੈਲਪ ਕਰਦੇ ਆ ਰਾਤ ਦਿਨ ਚਰਚ ਦੀ ਪ੍ਰੇਅਰ ਕਰਦੇ ਬੜੌਤੀ ਲਈ ਪ੍ਰਭੂ ਜੀ ਕਹਿ ਰਹੇ ਕੋ ਸੇਮ ਨਹੀਂ ਰਹਿਣਗੇ 2019 ਦੀਆਂ ਬਰਕਤਾਂ ਉਹਨਾਂ ਦੇ ਘਰ 'ਚ ਐਂਟਰ ਕਰ ਰਹੀਆਂ ਪ੍ਰਭੂ ਦੇ ਨਾਮ 'ਚ ਆਮੀਨ 2019 ਵਿੱਚ ਪ੍ਰਭੂ ਉਹਨਾਂ ਦੁਆਰਾ ਵੀ ਵੱਡੇ ਕੰਮ ਕਰੇਗਾ ਆਮੀਨ ਨੈਕਸਟ ਗਵਾਈ ਠੀਕ ਹੈ ਤੁਸੀਂ ਜਾ ਸਕਦੇ ਹੋ ਕਿੰਨੇ ਲੋਕਾਂ ਨੇ ਇਸ ਭੈਣ ਤੋਂ ਸਿੱਖਣ ਵਾਸਤੇ ਮਿਲਿਆ ਕਿ ਅਸੀਂ ਕਦੀ ਵੀ ਆਪਣੇ ਆਤਮਿਕ ਪਿਤਾ ਦੇ ਵਿਰੁੱਧ ਕੀ ਆ ਹਾਂਜੀ ਇਸ ਸਿਸਟਰ ਦਾ ਨਾਮ ਸ਼ਰਨਜੀਤ ਕੌਰ ਪਿੰਡ ਰਾਜਾ ਸਾਂਸੀ ਤੋਂ ਇਹਨਾਂ ਦੀ ਗਵਾਹੀ ਕਿ ਪਿਛਲੇ ਸਾਲ ਇਹਨਾਂ ਨੂੰ ਖੂਨ ਦੀਆਂ ਉਲਟੀਆਂ ਆਈਆਂ ਸੀ ਉਹਦੇ ਕਾਰਨ ਇਹਨਾਂ ਦੇ ਗਲੇ ਵਿੱਚ ਇੱਕ ਜ਼ਖਮ ਹੋ ਗਿਆ ਸੀ ਤੇ 15-20 ਦਿਨਾਂ ਤੋਂ ਇਹਨਾਂ ਦਾ ਗਲਾ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਫਿਰ ਇਹਨਾਂ ਨੇ ਪ੍ਰਭੂ ਦੇ ਦਾਸਾਂ ਕੋਲੋਂ ਪ੍ਰਾਰਥਨਾ ਕਰਵਾਈ ਤੇ ਹੁਣ ਇਹ ਬਿਲਕੁਲ ਠੀਕ ਨੇ ਸਭ ਤਾਰੀਫ ਕਰਾਂਗੇ
ਉਸ ਤੋਂ ਪਹਿਲਾਂ ਵੀ ਟੈਸਟ ਮਿਲੀ ਹੈ ਤੇ ਬੇਬੀ ਜਿਹੜਾ ਕਿੱਥੋਂ ਆਇਆ ਵਾ ਪਰਮੇਸ਼ਰ ਕੋ ਹਲੇਲੂਯਾ 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 ਰੱਬ ਦੇ ਦਾਸਾਂ ਨੂੰ ਜੈ ਹਮਸੇ ਦੀ ਆਈ ਸੰਗਤ ਵੀ ਜੈ ਹਮਸੇ ਦੀ ਕਿ ਮੇਰੀ ਮੈਰਿਜ ਹੋਈ ਸੀ ਤੇ ਮੇਰੇ ਡੇਢ ਮਹੀਨੇ ਬਾਅਦ ਪੇਟ 'ਚ ਦਰਦ ਹੋਣ ਲੱਗ ਗਈ ਸੀਗੀ ਮੰਮਾ ਸੱਸ ਨੇ ਦਿਖਾਇਆ ਨਰਸ ਕੋਲੇ ਕਹਿੰਦੀ ਕਿ ਇਹਦੇ ਪੇਟ 'ਚ ਸੋ ਜਾ ਤੇ ਇਹ ਪ੍ਰੈਗਨੈਂਟ ਨਹੀਂ ਹੋਊਗੀ ਮੈਂ ਕਿਹਾ ਮੰਮੀ ਮੈਨੂੰ ਕਿਤੇ ਉਹਨੇ ਖੜਾ ਮੈਨੂੰ ਚਰਚ ਭੇਜ ਦਿਓ ਤੇ ਮੈਂ ਠੀਕ ਹੋ ਜਾਣਾ ਆ ਤੇ ਫਿਰ ਵੀ ਉਹਨੇ ਦਵਾਈ ਦਿੱਤੀ ਮੈਂ ਸਿਰਫ 5 ਦਿਨ ਦਵਾਈ ਖਾਧੀ ਤੇ ਉਸ ਤੋਂ ਬਾਅਦ ਮੈਂ ਦਵਾਈ ਨਹੀਂ ਖਾਧੀ ਮੈਂ ਕਿਹਾ ਮੇਰਾ ਦਿਲ ਨਹੀਂ ਕਰਦਾ ਦਵਾਈ ਖਾਣ ਨੂੰ ਨਾ ਹੀ ਮੈਂ ਖਾਣੀ ਆ ਤੇ ਮੈਨੂੰ ਚਰਚ ਲਾ ਜਾ ਮੈਂ ਠੀਕ ਹੋ ਜਾਣਾ ਤੇ ਮੈਂ ਇੱਥੇ ਤਾਂ ਚਰਚ ਨਹੀਂ ਆਈ ਨਾ ਮੈਨੂੰ ਪਤਾ ਸੀ ਤੇ 2 ਮਹੀਨੇ ਬਾਅਦ ਮੇਰੀ ਮੰਮਾ ਬਿਮਾਰ ਹੋਏ ਤੇ ਫਿਰ ਮੈਂ ਇੱਥੇ ਚਰਚ ਆਈ ਤੇ ਮੈਂ ਆਪਣੀ ਮੰਮਾ ਵਾਸਤੇ ਪ੍ਰਾਰਥਨਾ ਕਰਦੀ ਸੀ ਮੈਂ ਕੰਨ ਵਿੱਚ ਪੂਰ ਪੜ੍ਹਦੀ ਰਹੀ ਸੀ ਤੇ ਉਹ ਮੇਰੀ ਮੰਮਾ ਵੀ ਠੀਕ ਹੋ ਗਏ ਤੇ ਪ੍ਰਭੂ ਨੇ ਮੈਨੂੰ ਬੇਟੀ ਦੀ ਬਲੈਸਿੰਗ ਦਿੱਤੀ ਤਾਰੀਫ ਕਰੋ ਹਾਲੇਲੂਇਆ 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 ਇਹ ਭੈਣ ਦੀ ਟੈਸਟੀਮਨੀ ਦੀ ਚੰਗੀ ਤਰ੍ਹਾਂ ਲੋਕਾਂ ਨੂੰ ਸਮਝ ਨਹੀਂ ਲੱਗੀ ਇਹਦੀ ਮੰਮੀ ਜਦ ਬਿਮਾਰ ਹੋਈ ਨਾ ਇਹਨੇ ਇੱਕ ਤੀਰ ਦੇ ਨਾਲ 2 ਨਿਸ਼ਾਨੇ ਮਾਰੇ ਸੀ ਇੱਕ ਤੀਰ ਦੇ ਨਾਲ ਕਿੱਦਾਂ ਇਹਦੀ ਮੰਮੀ ਐਡਮਿਟ ਸੀ ਹਸਪੀਟਲ 'ਚ ਇਹ ਮੈਨੂੰ ਕਹਿੰਦੀ ਸੰਤ ਜੀ ਇੱਕ ਰਾਤ ਅਸੀਂ ਇਹਨਾਂ ਨੂੰ ਇਹਦੀ ਮੰਮੀ ਨੂੰ ਆਪਣੇ ਘਰੇ ਰੱਖਿਆ ਵੀ ਨਾਲ ਮੈਨੂੰ ਬਾਰ ਬਾਰ ਪਰੇਸ਼ਾਨ ਨਹੀਂ ਕਰਨਾ ਮੈਂ ਤੈਨੂੰ ਇੱਕੋ ਤਰੀਕਾ ਦੱਸ ਲੱਗਾ ਬਸ ਤੂੰ ਕਰਨੇ ਬਾਰ ਬਾਰ ਪੂਰੀ ਰਾਤ ਇਹਨੇ ਕੰਨ ਵਿੱਚ ਜ਼ਬੂਰ ਪੜਿਆ 3 ਵਾਰ ਇਹਦੀ ਮੰਮੀ ਨੂੰ ਆਪਰੇਸ਼ਨ ਥੀਏਟਰ ਵਿੱਚ ਭੇਜਿਆ ਪਰ 3 ਵਾਰ ਉਹਨਾਂ ਬਾਹਰ ਕੱਢਤਾ ਕਿ ਨਹੀਂ ਹੁਣ ਇਹ ਦਵਾਈ ਦੇ ਨਾਲ ਹੀ ਕੀ ਹੋ ਜਾਊਗੀ ਕੋਈ ਡਾਕਟਰ ਕਹਿੰਦਾ ਇਹਦੀ ਫਿਊਟ ਪੈਪ ਖਰਾਬ ਹੋ ਗਈ ਆ ਕੋਈ ਆਖੇ ਇਹਦੀ ਹਾਰਟ ਦੇ ਨਾਲ ਹੀ ਖਰਾਬ ਹੋ ਗਈ ਕੋਈ ਕੁਛ ਮੈਂ ਬਸ ਤੂੰ ਕੁਛ ਨਹੀਂ ਕਰਨਾ ਤੂੰ ਸਿਰਫ ਕੰਨ ਵਿੱਚ ਜ਼ਬੂਰ ਪੜ ਵਿਸ਼ਵਾਸ ਦੇ ਨਾਲ ਅੱਜ ਮੰਮੀ ਵੀ ਬਿਲਕੁਲ ਜੀਵਤ ਆ ਔਰ ਇਹ ਬੱਚੀ ਤੁਹਾਡੇ ਸਾਹਮਣੇ ਜਿਹੜੀ ਜੀਸਸ ਮਿਨਿਸਟਰੀ ਦੁਆਰਾ ਇਹਨਾਂ ਨੂੰ ਬਲੈਸ ਕੀਆ ਇੱਕ ਤੀਰ ਦੇ ਨਾਲ ਤਾਰੀਫ ਕਰੋ ਸਭ ਇਹ ਤਾਂ ਇੱਕ ਤੀਰ ਨਾਲ 2 ਨਿਸ਼ਾਨੇ ਵੱਜਦੀ ਗਲੇ ਦੇ ਰੋਗ ਵੀ ਜਾ ਚੁੱਕੇ ਬੇਬੀ ਬਲੈਸ ਹੋ ਚੁੱਕਾ ਵਾ ਤਾਰੀਫ ਕਰੋ ਦਿਲ ਤੋਂ ਹਾਂਜੀ ਨੈਕਸਟ ਭਾਈ ਇਸ ਬ੍ਰਦਰ ਦਾ ਨਾਮ ਜਿੰਦਾ ਵਾ ਔਰ ਪਿੰਡ ਨਾਗ ਕਲਾਂ ਦੇ ਰਹਿਣ ਵਾਲੇ ਨੇ ਇਸ ਬ੍ਰਦਰ ਦੇ 25 ਸਾਲ ਤੋਂ ਬਿਮਾਰ ਸੀ ਔਰ ਸਿਰ ਬਹੁਤ ਭਾਰਾ ਰਹਿੰਦਾ ਸੀ ਇਹਨਾਂ ਨੇ 4 ਐਤਵਾਰ ਪ੍ਰਭੂ ਦੇ ਚਰਨਾਂ ਵਿੱਚ ਆਏ ਨੇ ਔਰ ਪ੍ਰਭੂ ਨੇ ਇਹਨਾਂ ਨੂੰ ਬਲੈਸ ਕੀਤਾ ਸੰਤਾਂ ਦੇ ਦੁਆਰਾ ਉਹਨਾਂ ਨੇ ਬਿਲਕੁਲ ਠੀਕ ਨੇ ਹਲੇਲੂਯਾ ਇਹ ਬ੍ਰਦਰ ਦੀ ਟੈਸਟੀਮਨੀ ਦੱਸ ਰਿਹਾ ਕਿ 25 ਸਾਲ ਤੋਂ ਇਹਦੇ ਲੱਕ ਪਕੜ ਹੋਇਆ ਸੀ 25 ਸਾਲ ਤੋਂ ਜਿਹੜੀ ਰੀੜ ਦੀ ਹੱਡੀ ਵਿੱਚ ਕੀ ਦਰਦ ਰਹਿੰਦੀ ਸੀ ਸਿਰ ਭਾਰਾ ਰਹਿੰਦਾ ਸੀ ਮਾਈਗ੍ਰੇਨ ਦੀ ਦਰਦੀ ਔਰ ਇਹ ਬੰਦੇ ਦੀ ਬਹੁਤ ਵੱਡੀ ਗਵਾਹੀ ਹੈ ਪਰ ਸਾਡੇ ਕੋਲ ਸਮਾਂ ਘੱਟ ਆ ਇਹ ਹੁਣ ਬਿਲਕੁਲ ਫ੍ਰੀ ਹੋ ਚੁੱਕਾ ਕਹਿੰਦਾ ਮੈਂ ਬਹੁਤ ਸਾਰਾ ਬਾਬਿਆਂ ਕੋਲ ਤਾਂਤਰਿਕ ਮੈਂ ਸਭ ਜਗ੍ਹਾ ਤੇ ਗਿਆ ਪਰ ਮੈਨੂੰ ਕਿਤੇ ਵੀ ਫਾਇਦਾ ਨਹੀਂ ਹੋਇਆ 4 ਦਿਨ ਦੇ ਵਿੱਚ ਉਹਨੇ ਬਿਲਕੁਲ ਕੀ ਹੋ ਚੁੱਕਾ ਵਾ 25 ਸਾਲ ਦੀ ਬਿਮਾਰੀ 14 ਦਿਨਾਂ ਤੋਂ ਪਹਿਲਾਂ ਕੀ ਹੋ ਗਈ ਆ ਅਸੀਂ ਰਾਤ ਨੂੰ ਹਰ ਰੋਜ਼ ਆਇਲ ਮੀਟਿੰਗ ਕਰਦੇ ਆ ਪਲੱਸ ਅਨੋਇੰਟਿੰਗ ਵਾਟਰ ਰੋਜ਼ ਹੀ ਪ੍ਰਭੂ ਮੈਨੂੰ ਦੱਸ ਦੇ ਕਿ ਜਿਹੜੇ ਤੂੰ ਕੰਮ ਸ਼ੁਰੂ ਕੀਤੇ ਪੀਣਾਉਣ ਲੱਗਣ ਵਾਲੇ ਕੰਮ ਨੇ ਆਮੇਨ ਕਿਉਂਕਿ ਲੋਕ ਵਧਣਗੇ ਬਿਮਾਰੀਆਂ ਚੰਗਣਗੇ ਇੱਥੇ ਬੈਠਣ ਜੋਗੀ ਜਗ੍ਹਾ ਨਹੀਂ ਲੱਭੇਗੀ ਆਮੇਨ ਕਿਉਂਕਿ ਅੱਜ ਹਰ ਬੰਦਾ ਬਿਮਾਰ ਆ ਤਾਰੀਫ ਕਰੋ ਪ੍ਰਭੂ ਦੀ ਠੀਕ ਹੈ ਤੁਸੀਂ ਬਿਲਕੁਲ ਕੀ ਕੀਤਾ 2 ਮਿੰਟ ਰੁਕੋ 2 ਮਿੰਟ ਖੋਲੋ ਜੋ ਜਦੋਂ ਤੁਸੀਂ ਪ੍ਰਭੂ ਤੋਂ ਦੂਰ ਹੋ ਉਧਰ ਉਧਰ ਵੇਖੋ ਪਹਿਲਾਂ ਕਿਤੇ ਗਏ ਬੜੀ ਥਾਂ ਉਧਰ ਮੂੰਹ ਕਰੋ ਪਹਿਲਾਂ ਨਾਰਾ ਮਾਰੋ ਹਾਲੇਲੂਯਾ ਜੋਰਦੀ ਹਾਲੇਲੂਯਾ ਮੈਨੂੰ ਅਜੇ ਥੋੜਾ ਚਿਰ ਹੋਇਆ ਮੈਨੂੰ ਸ਼ੌਂਕ ਉਤਰਾ ਬੜਾ ਹੀ ਮੈਂ ਵੀ ਸੰਤਾਂ ਨੂੰ ਵੀ ਬੰਦਾ ਬਹੁਤ ਮੈਂ ਤੇ ਲੱਗ ਰਿਹਾ ਆ ਤੇ ਆ ਨਾ ਚੱਕਾ ਪੈਦਾ ਬੜੀ ਬੜੀ ਦੂਰ ਸੀਗਾ ਜਿੱਥੇ ਮੈਨੂੰ ਸਿਆਣੇ ਨੇ ਆਖਿਆ ਕੋਈ ਪੰਜਾਬ ਦੇ ਕੋਈ ਮੈਂ ਸਿਆਣਾ ਨਹੀਂ ਛੱਡਿਆ ਤੇ ਦਵਾਈ ਮੈਨੂੰ ਕਹਿੰਦੇ ਆਖਣਾ ਦਵਾਈ ਖਾ ਲਾ ਦਵਾਈ ਖਾ ਲੈਣੀ ਮੇਰਾ ਨਾ ਜੀ ਨਾ ਕਰਨਾ ਤੇ ਸਿਰ ਭਾਰਾ ਰਹਿਣਾ ਮੈਂ ਵੇਖਣ ਨੂੰ ਚੰਗਾ ਭਾਰ ਜਾਪਣਾ ਤੇ ਮੇਰੇ ਕੋਲ ਹਿੱਲਿਆ ਨਾ ਜਾਣਾ ਤੇ ਹੁਣ ਇਹ 2 ਜਣੇ ਬਾਹਰ ਕੱਲ ਥੋੜੇ ਦਿਨ ਹੋ ਗਏ 4-5 ਦਿਨ ਮੈਨੂੰ ਆਉਂਦੇ ਇਹ ਯਾਰ ਉਹਦੇ ਕੋਲ ਚੱਲ ਜਾ ਪ੍ਰੇਮੇ ਦੇ ਮੁੰਡੇ ਕੋਲ ਚੱਲ ਜਾ ਤੂੰ ਠੀਕ ਹੋ ਜਾਣਾ ਮੈਂ ਆਖਿਰ ਮੈਨੂੰ ਪਤਾ ਨਹੀਂ ਮੈਂ ਯਾਰ ਨਹੀਂ ਠੀਕ ਆ ਗੱਲ ਸਿੱਧੀ ਕਰਨੀ ਚਾਹੀਦੀ ਹਲੇ ਲਿਆ ਇੱਕ ਮਿੰਟ ਬਾਬਲ ਚ ਲਿਖਿਆ ਪ੍ਰਭੂ ਯਿਸੂ ਮਸੀਹ ਜਦੋਂ ਨਾਸਰਤ ਵਿੱਚ ਆਏ ਨਾ ਤੇ ਲੋਕਾਂ ਨੇ ਕਿਹਾ ਇਹ ਯੂਸਫ ਤਰਖਾਨ ਦਾ ਕੀ ਆ ਟੈਨਸ਼ਨ ਕੋਈ ਨਹੀਂ ਆ ਲੋਕ ਬਚਣੇ ਚਾਹੀਦੇ ਆ ਤਾਰੀਫ ਕਰੋ ਸੱਚ ਬੋਲਿਆ ਹਲੇ ਲਿਆ ਜਿੰਨੇ ਵੀ ਲੋਕ ਆ ਰਹੇ ਪ੍ਰਭੂ ਨੂੰ ਆਜ਼ਾਦ ਕਰ ਰਿਹਾ ਵਾ ਬਲੈਸ ਹੋ ਰਹੇ ਤੁਸੀਂ ਹਲੇ ਲਿਆ ਆਓ ਸਭ